ਕਿਵੇਂ ਤੁਸੀਂ ਵੇਖੋਗੇ ਇੱਕ ਮਾਸਟਰ ਹੈ ਬਲਕਿ ਆਪਾਂ ਅਕਸਰ ਵੇਖਦੇ ਹਾਂ ਇੱਕ ਮਾਸਟਰ ਇਮਾਨਦਾਰ ਮਾਸਟਰ ਹੈ ਬੜੀ ਇਮਾਨਦਾਰੀ ਨਾਲ ਦੇ ਵਿਦਿਆਰਥੀ ਨੂੰ ਪੜਾਉਂਦਾ ਹੈ ਤੇ ਵਿਦਿਆਰਥੀ ਹੁਣ ਹਰ ਚੰਗੀ ਤਰ੍ਹਾਂ ਸੁਣਦਾ ਹੈ ਗ੍ਰਹਿਣ ਕਰਦਾ ਹੈ ਤੇ ਸਮਾਂ ਆਉਣ ਤੇ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਜੱਜ ਬਣ ਜਾਂਦਾ ਹੈ ਤੇ ਜੇ 30 ਸਾਲ ਬਾਅਦ ਵਾਪਸ ਮੁੜਦਾ ਹੈ ਤੇ ਕੀ ਵੇਖਦਾ ਹੈ ਕਿ ਮਾਸਟਰ ਜੀ ਉੱਥੇ ਬੈਠੇ ਜੇ ਮਾਸਟਰ ਜੀ ਆਉਂ ਸੋ ਦ ਸਟੂਡੈਂਟ ਕੈਨ ਬਿਕਮ ਚੀਫ ਜਸਟਿਸ ਆਫ ਇੰਡੀਆ ਬਟ ਦ ਟੀਚਰ ਰਿਮੇਨਸ ਅ ਟੀਚਰ ਉਹਦਾ ਉਹੀ ਕੰਮ ਹੈ ਜਿਵੇਂ ਟ੍ਰੈਫਿਕ ਵਾਲਾ ਖੜਾ ਹੁੰਦਾ ਆਏ ਕਹਿੰਦਾ ਰੁਕ ਜਾਓ ਤੁਸੀਂ ਚੱਲੋ ਨਿਕਲੋ ਉਹ ਸ਼ਾਮ ਨੂੰ ਤੁਸੀਂ ਮੁੜ ਕੇ ਆਓ ਚੰਡੀਗੜ੍ਹ ਹੋ ਕੇ ਆਜੋ ਉੱਥੇ ਖੜਾ ਹੋ ਸੋ ਸਾਡੀ ਸਿਚੁਏਸ਼ਨ ਤਾਂ ਉਹੀ ਹੈ ਕਿ ਚੱਲ ਪੋ ਤੁਰ ਪੋ ਲੱਗ ਪੋ ਐਂਡ ਦੈਟਸ ਇਟ ਮਾਈ ਲਾਈਫ ਚੇਂਜ ਪੈਸਾ ਕਿਹਨੂੰ ਬੁਰਾ ਲੱਗਦਾ ਹੈ ਨਾਮ ਕਿਹਨੂੰ ਬੁਰਾ ਲੱਗਦਾ ਹੈ ਸ਼ੋਹਰਤ ਕਿਹਨੂੰ ਬੁਰੀ ਲੱਗਦੀ ਹੈ ਉਹਦੇ ਵਾਸਤੇ ਮੈਂ ਭੱਜ ਕੇ ਗਿਆ ਸੀ ਬੰਬਈ ਬੜੀ ਸਟਰਗਲ ਕੀਤੀ ਬੜਾ ਸੰਘਰਸ਼ ਕੀਤਾ ਭੁੱਖੇ ਰਹੇ ਘਰ ਦੇ ਖਿਲਾਫ ਸੀ ਕਿ ਮਰਾਸੀ ਵਾਲਾ ਕੰਮ ਹੈ ਇਹ ਭੰਡਾ ਵਾਲਾ ਕੰਮ ਹੈ ਮੇਰਾ ਫਾਦਰ ਜੱਟ ਸੀ ਖੇਤੀ ਕਰਦੇ ਸੀ ਪਿੰਡਾਂ 'ਚ ਉਹਨੂੰ ਮਾਹੌਲ ਪਤਾ ਹੈ ਬਹੁਤ ਭੱਦੀਆਂ ਗਾਲਾਂ ਕੱਢਦਾ ਸੀ ਉਹਨੇ ਕੁੱਟਿਆ ਵੀ ਮੈਨੂੰ ਬਟ ਇਟ ਵਾਜ਼ ਮਾਈ ਡੈਸਟੀਨੀ ਨੋਟ ਆਈ ਵੋਂਟ ਸੇ ਇਟ ਵਾਜ਼ ਮਾਈ ਟੈਲੈਂਟ ਮੈਂ ਕਹਿੰਦਾ ਕਿ ਜੇ ਤੁਹਾਡੇ ਭਾਗ ਦੇ ਵਿੱਚ ਹੈ ਤਾਂ ਟੈਲੈਂਟ ਫਾਲੋਸ ਲੋਕਾਂ ਨੂੰ ਦਿਸਣ ਲੱਗ ਪੈਂਦਾ ਹੈ ਬੜਾ ਟੈਲੈਂਟਡ ਆਦਮੀ ਹੈ ਉਹਨੂੰ ਦਿਸਣ ਲੱਗ ਪੈਂਦਾ ਕਿਉਂਕਿ ਉਹਦੇ ਭਾਗ ਦੇ ਵਿੱਚ ਉਹਨੇ ਗ੍ਰਾਂਟ ਕੀਤਾ ਹੈ ਐਵਰੀਬਡੀ ਹੈਜ਼ ਟੂ ਵਾਚ ਦੈਟ ਪਰਸਨ ਇਹ ਉਹਦਾ ਹੁਕਮ ਹੈ ਤੁਹਾਡੀ ਪ੍ਰਾਲਬਧ ਕਰਮ